ਬਣਾ ਲੈ ਵੀਡੀਓ, ਬਣਾਈ ਚੱਲ ਵੀਡੀਓ, ਬਣਾਈ ਚੱਲ। ਆਹ ਦੇਖ ਲਓ ਜੀ, ਜਿਹੜੀ ਕੀਰਤਨ ਦੀ ਭੇਟਾ ਹੋਈ ਹੈ, ਕਹਿੰਦੇ ਗੁਰਦੁਆਰੇ ਦੀ ਗੋਲ ਕਿੱਥੇ ਪਾਓ। ਆਹ ਸਾਨੂੰ ਤੁਸੀਂ ਕਹਿਣੇ ਹੋ, ਤੁਸੀਂ ਕਹਿਣੇ ਹੋ। ਆਹ ਦੇਖ ਲਓ ਜੀ, ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ, ਗੁਰੂ ਘਰਾਂ ਦੀਆਂ ਕਮੇਟੀਆਂ ਦੇ ਹਾਲ। ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਾਰਮੋਨੀਅਮ ਤੇ, ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂ ਗਏ, ਇਹ ਤਾਂ ਸਾਡੇ ਕਹਿੰਦੇ ਕਮੇਟੀਆਂ ਦਾ ਰੂਲ ਹੈ। ਪਰ ਤੁਸੀਂ ਧੱਕਾ ਬਹੁਤ ਕਰੇ। ਧੱਕਾ ਨਹੀਂ, ਜੋ ਸਾਨੂੰ ਮਾਲਕ ਨੂੰ ਦੱਸਿਆ ਅਸੀਂ ਤਾਂ ਉਹੀ ਕਰਾਂਗੇ। ਫਿਰ ਪਹਿਲਾਂ ਸਾਨੂੰ ਪਹਿਲਾਂ ਦੱਸਣਾ ਦੇਣਾ ਵੀ ਪੱਜ ਵਾਲੇ ਪੈਸੇ ਨਹੀਂ ਮਿਲਦੇ। ਆਹ ਬੰਦਾ ਬੋਲਦਾ ਕਹਿੰਦਾ ਹਾਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇ ਹੈਗੇ, ਹਾਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ। ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੀ ਜਲੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ। ਜਲੂਸ ਹੀ ਹੈ, ਜਲੂਸ ਹੀ ਹੈ, ਤਾਂ ਹੀ ਨਿਕਲੂ ਮੇਰੇ ਸਾਡੇ ਪੈਸੇ ਪੈਸੇ ਨਹੀਂ ਪਾਉਣਾ। ਵੀਡੀਓ ਹੀ ਬਣਾਵਾਂਗੇ ਜਦੋਂ ਜਲੂਸ ਖੜਾ ਰੱਖਿਆ ਕਮੇਡੀਆਂ ਦਾ। ਆਹ ਲੈ ਚੱਕ ਲਓ, ਆਹ ਦੇਖ ਲਓ, ਲੈ ਲਓ ਪੈਸੇ, ਲੈ ਲਓ, ਢੇਰੀ ਲੱਗਦੀ ਆ ਤੁਹਾਨੂੰ। ਅਕਸਰ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਉੱਤੇ ਰਾਗੀ ਗ੍ਰੰਥੀ ਸਿੰਘ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦੇ ਨੇ। ਕਹਿੰਦੇ ਨੇ ਜੋ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਉਸ ਦੇ ਨਾਲ ਘਰਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਮੇਟੀ ਮੈਂਬਰ ਗੁਰੂ ਘਰ ਦੇ ਕੀਰਤਨੀਆਂ ਨਾਲ ਦੁਰਵਿਵਹਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੇ ਹਾਰਮੋਨੀਅਮ ਉੱਤੇ ਪਿਆ ਚੜਾਵਾ ਚੁੱਕਣ ਦੇ ਇਲਜ਼ਾਮ ਵੀ ਰਾਗੀ ਸਿੰਘਾਂ ਵੱਲੋਂ ਲਾਏ ਜਾ ਰਹੇ ਨੇ। ਉੱਥੇ ਹੀ ਕਮੇਟੀ ਮੈਂਬਰ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ 2100 ਰੁਪਏ ਵਿੱਚ ਉਹਨਾਂ ਨੂੰ ਕੀਤਾ ਗਿਆ ਸੀ ਚੜਾਵਾ ਵਾਪਸ ਕੀਤਾ ਜਾਵੇ। ਉਸ ਨੂੰ ਲੈ ਕੇ ਕਮੇਟੀ ਮੈਂਬਰਾਂ ਦੇ ਵੱਲੋਂ ਹੰਗਾਮਾ ਵੀ ਕੀਤਾ ਜਾ ਰਿਹਾ। ਇਹ ਗੱਲ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਯਾਰ, ਵੀਰੇ ਮੈਂ ਆਉਂਦੇ ਨਹੀਂ ਜੇ ਗੱਲ ਹੋਈ ਹੁੰਦੀ। ਉਹ ਤਾਂ ਮੈਂ ਦੱਸਦਾ ਬਾਬਾ, ਉਹ ਤਾਂ ਫੌਜੀ ਇਹਨਾਂ ਦੇ ਜਿਹੜੇ ਅੰਦੇ ਗਏ ਨੇ ਭੋਗਣ ਗੋਲ ਕਿਤੇ ਭੋਗਣ, ਅਸੀਂ ਜਿਹੜਾ ਆਪ ਲੈਨੇ ਆਪ ਦੇ ਤਰੇ ਜਿਹਦਾ ਕਰੇ ਜਾਂਦਾ ਕੋਈ ਤਾਂ ਦੱਸੋ ਵੀ ਕਰੇ ਜਾਂਦਾ ਫਲਾਣਾ। ਇਹ ਗੱਲ ਕਰ ਮੈਂ ਦੱਸਦਾ ਤੁਹਾਨੂੰ, ਕਰ ਸਾਡਾ ਭਾਈ ਰੁਪਈਏ ਦੇ ਦੋਗੇ ਤਾਂ ਵੀਡੀਓ ਬੰਦ ਹੋ ਜੂ, ਜਦੋਂ ਰੁਪਈਏ ਦੇ ਦੋਗੇ, ਰੁਪਈਏ ਦੇ ਦੋਗੇ ਤਾਂ ਵੀਡੀਓ ਬੰਦ ਹੈ, ਵੀਡੀਓ ਨਹੀਂ ਚੱਲੂ। ਰੁਪਈਏ ਦੇ ਦੇ ਰੁਪਈਏ, ਵੀਡੀਓ ਤਾਂ ਹੀ ਬਣੂਗੀ, ਵੀਡੀਓ ਹੀ ਬਣੂ ਬਾਈ, ਮੇਰੀ ਗੱਲ ਸੁਣ, ਜਦੋਂ ਰੁਪਈਏ ਧਰ ਦੇਗਾ ਤੇ ਵੀਡੀਓ ਦੀ ਬੰਦ ਹੋ ਜੂਗੀ। ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀ ਆ, ਬਦਲੀ ਨਾ ਕਰੋ, ਮੈਂ ਬਿਲਕੁਲ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਇਹ ਗੱਲ ਬਿਲਕੁਲ, ਫਿਰ ਤੁਸੀਂ ਇਹ ਕਿਉਂ ਕਿਹਾ ਮੈਨੂੰ, ਐਂ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ। ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਹੈ, ਫਿਰ ਗਲਤ ਗੱਲ ਹੈਗੀ ਹੈ, ਆਪਣੀ ਗੱਲ ਨਹੀਂ ਹੋਈ, ਇਹਨਾਂ ਨਾਲ ਗੱਲ ਹੋਈ ਨਹੀਂ, ਆਪਣੀ ਗੱਲ ਨਹੀਂ। ਫਿਰ ਇਹ ਤਾਂ ਤੁਸੀਂ ਨੂੰ ਠੀਕ ਸਮਝ ਨੂੰ ਐ ਦੱਸੋ ਕਿਵੇਂ, ਮੈਂ ਇੱਕ ਮਿੰਟ ਤੁਸੀਂ ਆਪਦੀ ਜਵਾਨੀ ਦੱਸੋ, ਤੁਸੀਂ ਤਾਂ ਇਹ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ। ਗਲਤ ਤਾਂ ਮੈਂ ਵੀ ਕਿਹਾ, ਇਹ ਤਾਂ ਮੈਂ ਵੀ ਕਹਿੰਦਾ ਗਲਤ ਹੈ, ਨਹੀਂ ਕਮੇਟੀ ਦਾ ਫੈਸਲਾ, ਮਹਾਂ ਜੀ ਕਮੇਟੀ ਦਾ ਫੈਸਲਾ, ਉਹਦੇ ਕਰਕੇ ਬਾਬਾ ਧੂਮ ਨਹੀਂ ਕਰ ਰਿਹਾ ਹੈ।
ਨਹੀਂ ਨਹੀਂ ਬਿਲਕੁਲ ਟੱਫੀ ਆ ਉਹ ਇੱਕ ਮਿੰਟ ਆ ਤੁਸੀਂ ਕਰੋਗੇ ਸੀ ਚੱਕਰ ਉਹ ਕਰਕੇ ਬੋਲਦੇ ਤੇ ਬਾਬਾ ਮੈਂ ਇਹ ਗੱਲ ਸੁਣ ਮੇਰਾ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜਮੀ ਨਹੀਂ ਆ ਗੁਰਦੁਆਰੇ ਬੈਠੇ ਸੀ ਬਾਬਾ ਜੀ ਕੋਲ ਕਿਤੇ ਪਾਵਾਂਗੇ ਜਾ ਕੇ ਉਹ ਕਿਹੜਾ ਤੁਸੀਂ ਨੇ ਦਿੱਤਾ ਹੈ ਜਾਂ ਤੁਸੀਂ ਨੇ ਫੋਟੋ ਅਸੀਂ ਕਹਿ ਕੇ ਲਿਆ ਵੀ ਸਾਨੂੰ ਭਾਈ ਉਹਨੇ ਬੈਠਾ ਕਰ ਲਿਆ ਕਰੋ ਜੀ ਕੱਲ ਨੂੰ ਬਾਬਾ ਜੀ ਪਤਾ ਕੀ ਹੈ ਸਾਨੂੰ ਧਰ ਲਿਓ ਅਸੀਂ ਬੰਦੇ ਸੰਗ ਸਾਡੇ ਆਈਏ ਤਾਂ ਹੀ ਧਰਨੇ ਨੇ ਮੈਂ ਤਾਂ ਹੀ ਕਹਿ ਰਿਹਾ ਜੀ ਕੱਟ ਗੱਲ ਹੋਈ ਆ ਬਾਬਾ ਜੀ ਨਹੀਂ 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 ਹੋਈ ਆ ਕੇ ਫੇਰੇ ਬਹਿ ਕੇ ਅੱਜ ਬਜਾਈ ਚੱਲੋ ਭਾਈ ਕੋਈ ਵੇਲਾ ਨਹੀਂ ਭਾਈ ਸਾਹਿਬ ਕੋਈ ਵੇਲਾ ਨਹੀਂ ਵੇਲੇ ਬਹਿ ਕੇ ਬਜਾਈ ਚੱਲੋ ਫਿਰ ਸੰਗਤ ਪਹਿਲਾਂ ਸੰਨਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਸੰਨਤੀ ਕਮੇਟੀ ਦਾ ਫੈਸਲਾ ਪਰ ਤੁਸੀਂ ਧੱਕਾ ਬਹੁਤ ਕਰਿਆ ਧੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਾ ਦੇਣਾ ਵੀ ਪੱਜ ਵਾਲੇ ਪੈਸੇ ਨੀ ਮਿਲਦੇ ਮਾਜ ਵਾਲੇ ਪੈਸੇ ਨੇ ਬੋਲਦੇ ਤੁਸੀਂ ਤੁਸੀਂ ਕਿਉਂ ਬੋਲਦੇ ਹੋ ਬੋਲਦਾ ਕਿਵਾਂ ਆਹ ਬੰਦਾ ਬੋਲਦਾ ਕਹਿੰਦਾ ਹਾਰਮੋਨੀਅਮ ਵਾਲੇ ਪੈਸੇ ਨੀ ਚੱਕਣੇ ਹੈਗੇ ਹਾਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੀ ਜਲੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਲੂਸ ਹੀ ਹੈ ਜਲੂਸ ਹੀ ਹੈ ਤਾਂ ਹੀ ਨਿਕਲੂ ਮੇਰੇ ਸਾਡੇ ਪੈਸੇ ਨਹੀਂ ਪਾਉਣ ਵੀਡੀਓ ਹੀ ਬਣਾਵਾਂਗੇ ਜਦੋਂ ਜਲੂਸ ਖੜਾ ਰੱਖਿਆ ਕਮੇਡੀਆਂ ਦਾ ਪੈਸੇ ਉਦੋਂ ਮਿਲਣਗੇ ਬਾਬਾ ਜੀ ਇੱਕ ਮਿੰਟ ਹੈਲੋ ਵੀਡੀਓ ਤੇ ਜਦੋਂ ਫਿਰ ਤੂੰ ਬੋਲਦਾ ਕਿਵਾਂ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲਓ ਜੀ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲਾ ਲੈ ਬਣਾ ਲਾ ਗੱਡੀ ਗੱਲ ਹੈ ਬਣਾ ਲਾ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆਹ ਦੇਖ ਲਓ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਹੈ ਕਹਿੰਦੇ ਗੁਰਦੁਆਰੇ ਦੀ ਗੋਲਕ ਚ ਪਾਓ ਆਹ ਸਾਨੂੰ ਤੁਸੀਂ ਕਹਿਣੇ ਹੋ ਤੁਸੀਂ ਕਹਿਣੇ ਹੋ ਫਿਰ ਤੂੰ ਬੋਲਦਾ ਕਿਵਾਂ ਵਿੱਚ ਫਿਰ ਤੂੰ ਬੋਲਦਾ ਕਿਵਾਂ ਵਿੱਚ ਫਿਰ ਤੂੰ ਬੋਲਦਾ ਕਿਵਾਂ ਵਿੱਚ ਵਾ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਓਏ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਖੜ ਜਾ ਹੱਥ ਨਾ ਫੜ ਮੇਰਾ ਠੀਕ ਹੈ ਨਾ ਕਿਤੇ ਹੋਰ ਫਿਰ ਉਹ ਸਾਨੂੰ ਤਾਂ ਆਉਂਦੀ ਨੀ ਤੂੰ ਗੁਰੂ ਘਰ ਫਿਰਦਾ ਸਿਰ ਢੱਕ ਲੈ ਤੂੰ ਗੁਰੂ ਘਰ ਫਿਰਦਾ ਸਿਰ ਢੱਕੇਗਾ ਗੱਲ ਕੀ ਹੋਈ ਹੈ ਜੀ ਜਿਹੜੀ ਕੀਰਤਨ ਦੀ ਭੇੜਾ ਫਿਰ ਕਰਤਾ ਲਈ ਲਿਆ ਚੱਕ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਪਤਾ ਨਹੀਂ ਕਿੰਨਾ ਭਰਮ ਸ਼ਾਂਤੀ ਨਾਲ ਗੱਲ ਕਰੋ ਟਿਕੇ ਨਹੀਂ ਚੱਕ ਹਾਰਮੋਨੀਅਮ ਵੱਢ ਦਿੰਦੇ ਕਿੰਨੇ ਬਹਾਦਰ ਓਏ ਹੋਰ ਬਣਾ ਲਓ ਚਾਹੇ ਚਾੜ ਦੀ ਕਿੱਡੀ ਗੱਲ ਹੈ ਮੈਨੂੰ ਕੀ ਚੱਕਰ ਹੈ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜ਼ੀ ਅੜ ਜੀ ਵਾ ਓਏ ਤੇਰੇ ਆਹ ਦੇਖ ਲਓ ਜੀ ਅੱਜ ਕੱਲ੍ਹ ਦੀਆਂ ਕਮੇਡੀਆਂ ਦੇ ਹਾਲ ਗੁਰੂ ਘਰਾਂ ਦੀਆਂ ਕਮੇਡੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਾਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂ ਗੇ ਇਹ ਤਾਂ ਸਾਡੇ ਕਹਿੰਦੇ ਕਮੇਡੀਆਂ ਦਾ ਰੂਲ ਹੈ ਦੇਖ ਲਓ ਹੁਣ ਮੈਂ ਹਾਰਮੋਨੀਅਮ 'ਚੋਂ ਪੈਸੇ ਕੱਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇ ਹੈਗੇ ਦੇਖ ਲਓ ਅੱਜ ਕੱਲ੍ਹ ਦੀਆਂ ਕਮੇਡੀਆਂ ਦੇ ਹਾਲ ਇੱਕ ਮਿੰਟ ਜੀ ਇੱਕ ਮਿੰਟ ਦਿਖਾਉਣਾ ਤੁਹਾਨੂੰ ਸਾਰਾ ਕੁਛ ਆਹ ਦੇਖ ਲਓ ਜੀ ਹਾਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ
ਗੁਰੂ ਘਰ ਦੇ ਗੋਲਕ ਚ ਪਾਓ, ਦੇਖ ਲਓ ਅੱਜ ਕੱਲ ਦੇ ਕਮੇਟੀਆਂ ਦੇ ਹਾਲ, ਤੇ ਹੁਣ ਦੇਖਦੇ ਆ ਆ ਦੇਖ ਲੋ ਗੁਰੂ ਘਰ ਕੀਰਤਨਾਂ ਦੀਆਂ ਭੇਟਾਂ ਨੂੰ ਮੰਨਣ ਲੱਗ ਜਾਂਦੇ ਨੇ। ਏਦਾਂ ਹੁੰਦੀ ਨੀ, ਏਦਾਂ ਹੁੰਦੀ ਨੀ, ਏਦਾਂ ਹੁੰਦੀ ਨੀ। ਵੀਡੀਓ ਤਾਂ ਹੁੰਦੀ ਨੀ ਬੰਦ, ਵੀਡੀਓ ਤਾਂ ਹੁੰਦੀ ਨੀ ਬੰਦ, ਵੀਡੀਓ ਨੀ ਹੁੰਦੀ। ਆ ਲੈ ਚੱਕ ਲੋ, ਆ ਦੇਖ ਲੋ, ਲੈ ਲੋ ਪੈਸੇ, ਲੈ ਲੋ ਢੇਰੀ ਲੱਗਦੀ ਆ ਤੁਹਾਨੂੰ। ਆ ਦੇਖ ਲੋ ਇੱਕ ਤਾਂ ਆ ਕਮੇਟੀ ਚ ਬੰਦਾ, ਇੱਕ ਕਮੇਟੀ ਚ ਬੰਦਾ ਹੈਗਾ ਆਓ ਖੜਾ ਦੇਖ ਲੋ। ਕੀ ਕਹਿਣਾ ਦੱਸ, ਹਾਂ ਦੱਸ ਕੀ ਕਹਿਣਾ, ਕੀ ਚਾਹੀਦਾ ਦੱਸ, ਕੀ ਚਾਹੀਦਾ। ਓਏ ਯਾਰ ਤੂੰ ਮੇਰੀ ਗੱਲ ਸੁਣੋ, ਤੂੰ ਕਮੇਟੀ ਚ ਆਉਣਾ ਯਾਰ, ਉਹੀ ਮਰੀ ਇੰਨਾ ਬਈ ਮੈਨੂੰ ਤਾਂ ਹੈ ਨੀ, ਠੀਕ ਹੈ ਨਾ, ਮੈਨੂੰ ਤਾਂ ਹੈ ਨੀ, ਮੈਨੂੰ ਤਾਂ ਹੈ ਨੀ, ਮੈਨੂੰ ਤਾਂ ਅੱਗ ਹੈ ਨੀ, ਮੈਨੂੰ ਤਾਂ ਹੈ ਨੀ, ਠੀਕ ਹੈ ਨਾ। ਜਾਣਦਾ ਹੋਏਗਾ ਫਿਰ, ਜਾਣਦਾ ਹੋਏਗਾ। ਤੂੰ ਤੂੰ ਕੀ ਕਰਦਾ ਜੀ ਛੋਟੇ ਹੁੰਦੇ ਸਾਰਾ ਕੁਛ, ਜਰੇ ਤਾਂ ਹੀ ਬਣੂ, ਠੀਕ ਹੈ, ਵੀਡੀਓ ਤਾਂ ਹੀ ਬਣੂਗੀ। ਇਹ ਵੀਡੀਓ ਪਿੰਡ ਜਖੇਪਲ ਸੁਭਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਕੁਝ ਮੈਂਬਰ ਤਾਂ ਗੁਰਸਿੱਖ ਵੀ ਦਿਖਾਈ ਨਹੀਂ ਦੇ ਰਹੇ। ਉਹਨਾਂ ਦੇ ਵੱਲੋਂ ਕੀਰਤਨੀ ਜਥੇ ਨਾਲ ਚੜਾਵੇ ਨੂੰ ਲੈ ਕੇ ਬਹਿਸਬਾਜ਼ੀ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਕਮੇਟੀ ਮੈਂਬਰਾਂ ਨੂੰ ਜੰਮ ਕੇ ਝਾੜ ਵੀ ਪਾਈ ਜਾ ਰਹੀ ਹੈ, ਤੇ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਕਿ ਜੇਕਰ ਕਮੇਟੀਆਂ ਦਾ ਇਹੋ ਹਾਲ ਰਿਹਾ ਤਾਂ ਕੀ ਆਉਣ ਵਾਲੇ ਸਮੇਂ 'ਚ ਕੋਈ ਰਾਗੀ ਕੋਈ ਗ੍ਰੰਥੀ ਸਿੰਘ ਬਣ ਕੇ ਸੇਵਾ ਕਰੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।